ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ ਹੋਵੇ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸ਼ੋਂ ਛੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾਂ ਰਸਨਾ ਗੁਣ ਗੋਪਾਲ ਨਿਧ ਗਾਇਣ ਸ਼ਾਂਤ ਸਹਿਜ ਰਹੱਸ ਮਨ ਉਪਜੋ ਸਗਲੇ ਦੁੱਖ ਭੁਲਾਇਣ ਰਸਨਾ ਗੁਣ ਗੋਪਾਲ ਨਿਧ ਗਾਇਣ ਸ਼ਾਂਤ ਸਹਿਜ ਰਹੱਸ ਮਨ ਉਪਜੋ ਸਗਲੇ ਦੁੱਖ ਭੁਲਾਇਣ ਰਹਾਉ ਜੋ ਮੰਗ ਹੈ ਸੋਈ ਸੋਈ ਪਾਵ ਹੈ ਸੇਵ ਹਰ ਕੇ ਚਰਨ ਰਸਾਇਣ ਜਨਮ ਮਰਨ ਦੋਹੂੰ ਤੇ ਛੂਟੈ ਭਵ ਜਲ ਜਗਤ ਤਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਵਿੰਦ ਪਰਾਇਣ ਅਵਿਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਵਿੰਦ ਪਰਾਇਣ ਅਵਿਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰ ਹੈ ਸਤਿਗੁਰਾਂ ਦਾ ਜਿਨ੍ਹਾਂ ਨੇ ਬਖਸ਼ਿਸ਼ ਕੀਤੀ ਹੈ ਹਜ਼ੂਰ ਨੇ ਦਰਸ਼ਨ ਦਾਰ ਬਖਸ਼ ਕੇ ਪਾਵਨ ਦਰਬਾਰ ਤੋਂ ਸਾਨੂੰ ਸਭ ਨੂੰ ਹੁਕਮਨਾਮੇ ਦੀ ਅਸੀਸ ਬਖਸ਼ੀ ਹੈ ਔਰ ਸਤਿਗੁਰਾਂ ਨੇ ਸਾਡੀ ਜ਼ਿੰਦਗੀ ਸਫਲ ਕਰਨ ਦੀ ਜ਼ਿੰਦਗੀ ਸੁਖਮਈ ਰਹੇ ਆਨੰਦਮਈ ਰਹੇ ਅਤੇ ਗਰੀਬ ਨਵਾਜ ਨੇ ਬੜੀ ਵੱਡੀ ਬਖਸ਼ਿਸ਼ ਕੀਤੀ ਹੈ ਸਾਨੂੰ ਜੁਗਤ ਦੱਸੀ ਹੈ ਸਾਨੂੰ ਸੋਝੀ ਦਿੱਤੀ ਹੈ ਗਿਆਨ ਬਖਸ਼ਿਆ ਹੈ ਕਿ ਕੀ ਕਰਨਾ ਚਾਹੀਦਾ ਹੈ ਸਾਡਾ ਜਨਮ ਅਤੇ ਮਰਨ ਵੀ ਸੁਹੇਲਾ ਹੋ ਜਾਵੇ ਸਫਲ ਹੋ ਜਾਵੇ ਜ਼ਿੰਦਗੀ ਸਫਲ ਹੋ ਜਾਵੇ ਅਤੇ ਫਿਰ ਵਾਰ ਵਾਰ ਜੰਮਣਾ ਅਤੇ ਮਰਨਾ ਜੋ ਸੰਸਾਰ ਦੀ ਰੀਤੀ ਹੈ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀਏ ਇੱਕ ਆਵਤ ਇੱਕ ਜਾਤ ਹੈ ਸਭ ਆਪਣੀ ਵਾਰ
ਕੋਈ ਜਨਮ ਲੈ ਕੇ ਆ ਰਿਹਾ ਹੈ, ਕੋਈ ਜ਼ਿੰਦਗੀ ਪੂਰੀ ਕਰਕੇ ਜਾ ਰਿਹਾ ਹੈ। ਇੱਕ ਦਾ ਜਨਮ ਹੋ ਰਿਹਾ ਹੈ, ਇੱਕ ਦੀ ਮੌਤ ਹੋ ਰਹੀ ਹੈ, ਸੰਸਾਰ ਹੈ। ਇਸੇ ਨੂੰ ਸਤਿਗੁਰੂ ਜੀ ਕਹਿੰਦੇ ਨੇ ਇਹ ਜਗਤ ਇੱਕ ਖੇਡ ਤਮਾਸ਼ਾ ਹੈ, ਇੱਕ ਸੁਪਨੇ ਦੀ ਨਿਆਈ ਹੈ। ਜੋ ਉਪਜਿਓ ਸੋ ਬਿਨਸ ਹੈ, ਪਰੋਂ ਆਜ ਕੈ ਕਾਲ। ਤੇ ਸਤਿਗੁਰ ਕਹਿੰਦੇ ਨੇ ਜ਼ਿੰਦਗੀ ਸਫਲ ਹੋ ਜਾਵੇ, ਇਹ ਜਨਮ ਲਿਆ ਹੋਇਆ ਸਾਡਾ ਸਫਲ ਹੋ ਜਾਵੇ, ਆਪਣੀ ਮਾਂ ਦੀ ਕੁੱਖ ਨੂੰ ਸਫਲ ਕਰ ਦਈਏ, ਕਿਤੇ ਇਹ ਨਾ ਸੁਣਨਾ ਪਵੇ ਫਲਾਣੇ ਨੇ ਤੇ ਜੀ ਆਪਣੀ ਮਾਂ ਦੀ ਕੁੱਖ ਨੂੰ ਵੀ ਮਾੜਾ ਕਰ ਦਿੱਤਾ ਹੈ, ਗੰਦਾ ਕਰ ਦਿੱਤਾ ਹੈ, ਮਾਂ ਦੇ ਦੁੱਧ ਨੂੰ ਮਾੜਾ ਕਰ ਦਿੱਤਾ ਹੈ, ਮਾਂ ਦੇ ਦੁੱਧ ਨੂੰ, ਮਾਂ ਦੀ ਕੁੱਖ ਨੂੰ, ਪਿਤਾ ਦੇ ਪਿਆਰ ਨੂੰ, ਪਿਤਾ ਦੀਆਂ ਅਸੀਸਾਂ ਨੂੰ ਸਫਲਾ ਕਰ ਲਈਏ ਗੁਰੂ ਪਿਆਰਿਓ। ਤੇ ਸਤਿਗੁਰੂ ਕਹਿੰਦੇ ਨੇ ਫਿਰ ਕੀ ਕਰੀਏ, ਹਜ਼ੂਰ ਕਹਿੰਦੇ ਨੇ ਰਸਨਾ ਗੁਣ ਗੋਪਾਲ ਨਿਧ ਗਾਇਣ। ਆ ਜ਼ਿੰਦਗੀ ਸਫਲ ਕਰਨ ਵਾਸਤੇ ਪਰਮਾਤਮਾ ਨੇ ਸਾਨੂੰ ਜੋ ਰਸਨਾ ਦਿੱਤੀ ਹੈ, ਜੋ ਜ਼ੁਬਾਨ ਦਿੱਤੀ ਹੈ, ਜੋ ਮੁੱਖ ਦਿੱਤਾ ਹੈ, ਇਹਦੇ ਨਾਲ ਫਿਰ ਵਾਹਿਗੁਰੂ 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 ਸਿਮਰੀਏ, ਜਪੀਏ, ਯਾਦ ਕਰੀਏ, ਸ਼ੁਕਰ ਕਰੀਏ ਸਤਿਗੁਰਾਂ ਦਾ ਇੱਕ ਇੱਕ ਸਵਾਸ, ਕਿਤੇ ਜ਼ਿੰਦਗੀ ਇਹੋ ਜਿਹੀ ਬਣ ਜਾਵੇ। ਔਖੀ ਘਟਨਾ ਹੈ, ਪਰ ਹੈ ਨੇ ਐਸੇ ਗੁਰੂ ਪਿਆਰੇ ਜਿਨ੍ਹਾਂ ਦੇ ਸਵਾਸਾਂ ਦੇ ਨਾਲ ਹੀ ਹਰ ਸਾਹਸ ਦੇ ਨਾਲ ਸਿਮਰਨ ਰਹਿੰਦਾ ਹੈ, ਗੁਰੂ ਦੀ ਯਾਦ ਰਹਿੰਦੀ ਹੈ, ਗੁਰੂ ਅੱਗੇ ਅਰਦਾਸ ਕਰਿਆ ਕਰੀਏ ਸਤਿਗੁਰੂ ਕਿਤੇ ਸਾਨੂੰ ਵੀ ਇਹੋ ਜਿਹੇ ਪਲ ਬਖਸ਼ ਦਿਓ, ਅਸੀਂ ਸਵਾਸ ਦੇ ਨਾਲ ਹਰ ਗਿਰਾਸ ਦੇ ਨਾਲ ਤੈਨੂੰ ਯਾਦ ਰੱਖੀਏ। ਨਹੀਂ ਤੇ ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਇਸ ਐਗਜ਼ਾਮ ਤੋਂ, ਇਸ ਇਮਤਿਹਾਨ ਤੋਂ, ਇਸ ਪ੍ਰੀਖਿਆ ਤੋਂ ਅਸੀਂ ਫੇਲ ਹੋ ਜਾਵਾਂਗੇ, ਨਹੀਂ ਜਪ ਸਕੇ ਸਵਾਸ ਸਵਾਸ। ਤੇ ਸਤਿਗੁਰੂ ਕਹਿੰਦੇ ਨੇ ਰਸਨਾ ਗੁਣ ਗੋਪਾਲ ਨਿਧ ਗਾਇਣ। ਓ ਮਾਈ ਟੰਗ ਸਿੰਗਸ ਦ ਪ੍ਰੇਜ਼ਿਸ ਆਫ ਦ ਲਾਰਡ ਆਫ ਦ ਵਰਲਡ, ਦ ਓਸ਼ਨ ਆਫ ਵਰਚੂ। ਤੇ ਬਖਸ਼ਿਸ਼ ਹੋਏਗੀ ਗੁਰੂ ਦੀ, ਸ਼ਾਂਤ ਸਹਿਜ ਰਹੱਸ ਮਨ ਉਪਜਿਓ ਸਗਲੇ ਦੁੱਖ ਪਲਾਇਣ। ਮਨ ਵਿੱਚ ਸ਼ਾਂਤੀ ਆਏਗੀ, ਆਨੰਦ ਆਏਗਾ, ਖੁਸ਼ੀ ਆਏਗੀ ਤੇ ਸੁੱਖ ਪੈਦਾ ਹੋਵੇਗਾ। ਸ਼ਾਂਤ ਸਹਿਜ ਰਹੱਸ ਮਨ, ਰਹੱਸ ਹੁੰਦਾ ਜੀ ਆਤਮਕ ਅਡੋਲਤਾ, ਮਨ ਨਹੀਂ ਡੋਲਦਾ, ਮਨ ਨਾ ਡਿੱਗੇ ਤਾਂ ਕਾਹੇ ਕੋ ਡਰਾਏ। ਬਾਬਾ ਕਬੀਰ ਸਾਹਿਬ ਗੰਗਾ ਦੀਆਂ ਲਹਿਰਾਂ ਦੇ ਵਿੱਚ ਜ਼ੰਜੀਰਾਂ ਦੇ ਨਾਲ ਬੰਨ੍ਹ ਕੇ ਕਬੀਰ ਸਾਹਿਬ ਨੂੰ ਸੁੱਟਿਆ, ਰੋੜਿਆ ਹੈ, ਬੜੇ ਤੇਜ਼ ਵਹਾਉ ਦੇ ਵਿੱਚ ਨਹੀਂ ਮਨ ਡੋਲਿਆ, ਕਿਉਂਕਿ ਰਸਨਾ ਦੇ ਉੱਤੇ ਰਸਨਾ ਜਪੇ ਗੋਪਾਲ, ਰਸਨਾ ਮੇਰੀ ਇੱਕ ਰਾਮ। ਇੱਕ ਇੱਕ ਰੋਮ ਰੋਮ ਦੇ ਵਿੱਚ ਕਬੀਰ ਸਾਹਿਬ ਜੀ ਦੇ ਉਹ ਰਾਮ ਰਮਿਆ ਪਿਆ ਹੈ, ਉਹ ਪਰਮਾਤਮਾ ਵਸਿਆ ਪਿਆ ਹੈ ਤੇ ਕਿੱਥੇ ਡੋਲੇ। ਮਨ ਨਾ ਡਿੱਗੇ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹੇ ਸਮਾਏ। ਤੇ ਕਬੀਰ ਸਾਹਿਬ ਕਹਿੰਦੇ ਨੇ ਗੰਗਾ ਕੀ ਲਹਿਰ ਮੇਰੀ ਟੁੱਟੀ ਜ਼ੰਜੀਰ, ਮਿਰਗਸ਼ਾਲਾ ਪਰ ਬੈਠੇ ਕਬੀਰ। ਕਬੀਰ ਨੂੰ ਮਾਰਨ ਵਾਸਤੇ ਗੰਗਾ ਵਿੱਚ ਸੁੱਟਿਆ, ਕਹਿੰਦੇ ਨੇ ਰੱਬ ਨੇ ਕਿਰਪਾ ਕੀਤੀ, ਉਹ ਜ਼ੰਜੀਰਾਂ ਹੀ ਟੁੱਟ ਗਈਆਂ। ਗੰਗਾ ਕੀ ਲਹਿਰ ਮੇਰੀ ਟੁੱਟੀ ਜ਼ੰਜੀਰ, ਜ਼ੰਜੀਰਾਂ ਟੁੱਟ ਗਈਆਂ, ਚੈਨਾਂ ਟੁੱਟ ਗਈਆਂ ਤੇ ਮਿਰਗਸ਼ਾਲਾ ਪਰ ਬੈਠੇ ਕਬੀਰ। ਮਿਰਗਸ਼ਾਲਾ ਆਮ ਕਰਕੇ ਸਾਧੂ ਸੰਤ ਆਪਾਂ ਪਿਕਚਰਸ ਵਿੱਚ ਦੇਖਦੇ ਹਾਂ, ਥੱਲੇ ਮਿਰਗ ਦੀ ਖੱਲ ਹੁੰਦੀ ਹੈ, ਮਿਰਗਸ਼ਾਲਾ ਕਿਹਾ ਜਾਂਦਾ ਹੈ, ਇੱਕ ਸਤਿਕਾਰਯੋਗ ਆਸਨ। ਤੇ ਉਹਦੇ ਉੱਤੇ ਕਬੀਰ ਸਾਹਿਬ ਗੰਗਾ ਦੇ ਉੱਤੇ ਤਰਦੇ ਨੇ, ਮਿਰਗਸ਼ਾਲਾ ਪਰ ਬੈਠੇ ਕਬੀਰ। ਤੇ ਮੇਰੇ ਸਤਿਗੁਰੂ ਜੀ ਕਹਿੰਦੇ ਨੇ ਸ਼ਾਂਤ ਸਹਿਜ ਰਹੱਸ ਮਨ ਉਪਜਿਓ, ਸੰਸਾਰ ਦੇ ਦੁੱਖਾਂ ਤੋਂ ਮਿਰਗਸ਼ਾਲਾ ਦੇ ਵਿੱਚ ਤਰ ਜਾਵਾਂਗੇ, ਸੰਸਾਰ ਦੀ ਨਿੰਦਾ ਚੁਗਲੀ ਤੋਂ ਉੱਚੇ ਉੱਠ ਜਾਵਾਂਗੇ।
ਜ਼ਿੰਦਗੀ ਸਫਲ ਹੋ ਜਾਵੇਗੀ। ਤੇ ਸਤਿਗੁਰੂ ਕਹਿੰਦੇ ਨੇ ਫਿਰ ਆਤਮਕ ਰਸ ਆਤਮਕ ਅਡੋਲਤਾ ਆਉਂਦੀ ਹੈ। ਰਹੱਸ ਮਨ ਉਪਜਿਓ ਸਗਲੇ ਦੁੱਖ ਪਲਾਇਣ ਤੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ। ਇਹ ਨਹੀਂ ਕਿ ਦੁੱਖ ਆਉਂਦਾ ਨਹੀਂ ਹੈ, ਦੁੱਖ ਆਇਆ ਹੈ, ਦੁੱਖ ਦੇ ਅੱਗੇ ਝੁਕੇ ਨਹੀਂ, ਦੁੱਖ ਤੋਂ ਡਰੇ ਨਹੀਂ, ਨਰਵਸ ਨਹੀਂ ਹੋਏ, ਦੁੱਖ ਨੂੰ ਝੱਲਿਆ ਹੈ, ਦੁੱਖ ਨੂੰ ਬਰਦਾਸ਼ਤ ਕੀਤਾ ਹੈ ਔਰ ਦੁੱਖ ਨੂੰ ਕਿਹਾ ਮੇਰਾ ਸਤਿਗੁਰੂ ਤੇਰੇ ਨਾਲੋਂ ਜ਼ਿਆਦਾ ਵੱਡਾ ਹੈ, ਤੂੰ ਕੀ ਹੈ। ਅਤੇ ਉਹ ਦੁੱਖ ਦਾਰੂ ਬਣ ਜਾਂਦਾ ਹੈ, ਭਾਵ ਗੁਰੂ ਨਾਲ ਪਿਆਰ ਜੋੜ ਦਿੰਦਾ ਹੈ। ਅਤੇ ਜਿਹੜੇ ਸੁੱਖਾਂ 'ਚ ਗੁਰੂ ਨੂੰ ਭੁੱਲ ਜਾਂਦੇ, ਸੁੱਖ ਰੋਗ ਬਣ ਜਾਂਦੇ ਨੇ, ਸੁੱਖ ਰੋਗ ਪਏ ਆ। ਅਤੇ ਸਤਿਗੁਰੂ ਕਹਿੰਦੇ ਨੇ ਪੀਸ ਟ੍ਰੈਂਕੁਲਿਟੀ ਪੋਇਸ ਐਂਡ ਡਿਲਾਈਟ ਵੈਲ ਅਪ ਇਨ ਮਾਈ ਮਾਈਂਡ ਐਂਡ ਆਲ ਸੋਰੋਜ ਰਨ ਅਵੇ, ਆਲ ਪੇਨਸ ਰਨ ਅਵੇ, ਆਲ ਟੈਨਸ਼ਨਸ ਰਨ ਅਵੇ। ਇਹ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਤੇ ਫਿਰ ਇੱਥੇ ਬਸ ਨਹੀਂ। ਹਜ਼ੂਰ ਕਹਿੰਦੇ ਜੋ ਮੰਗੈ ਸੋਈ ਸੋਈ ਪਾਣਾ ਹੈ। ਅਸੀਂ ਬਹੁਤ ਕੁਝ ਸਾਨੂੰ ਚਾਹੀਦਾ ਹੈ, ਮੰਗਦੇ ਹਾਂ ਗੁਰੂ ਕੋਲ ਮੰਗੀਏ, ਤੇ ਗੁਰੂ ਗੁਰੂ ਕਰਕੇ ਮੰਗੀਏ, ਸਿਮਰਨ ਕਰਕੇ ਮੰਗੀਏ, ਸੇਵਾ ਕਰਕੇ ਮੰਗੀਏ। ਤੇ ਸਤਿਗੁਰੂ ਕਹਿੰਦੇ ਨੇ ਉਹ ਜਾ ਕੇ ਘਰ ਸਭ ਕੁਛ ਹੈ ਭਾਈ, ਨਉ ਨਿੱਧ ਭਰੇ ਭੰਡਾਰ। ਉਹਦੇ ਘਰ ਵਿੱਚ ਸਾਰਾ ਕੁਛ ਹੀ ਹੈ। ਮੰਗੀਏ ਦਾਤੇ ਅੱਗੇ ਝੋਲੀ ਅੱਡ ਕੇ ਮੰਗੀਏ, ਵਟ ਐਵਰ ਆਈ ਆਸਕ ਫੋਰ ਆਈ ਰਿਸੀਵ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਵਟ ਐਵਰ ਆਈ ਆਸਕ ਫੋਰ ਆਈ ਰਿਸੀਵ, ਆਈ ਸਰਵ ਐਟ ਦ ਲਾਰਡਸ ਫੀਟ ਦ ਸੋਰਸ ਆਫ ਨੈਕਟਰ। ਸੇਵ ਹਰ ਕੇ ਚਰਨ ਰਸਾਇਣ, ਉਹਦੇ ਗੁਰੂ ਦੇ ਚਰਨਾਂ 'ਚ, ਗੁਰੂ ਦੇ ਦਰ 'ਤੇ, ਗੁਰੂ ਦੇ ਨਾਮ ਵਿੱਚ ਇਹ ਬਰਕਤਾਂ ਨੇ। ਅਤੇ ਇੱਥੇ ਨਹੀਂ ਬਸ, ਹਜ਼ੂਰ ਕਹਿੰਦੇ ਨੇ ਜਨਮ ਵੀ ਸਫਲ ਹੋ ਜਾਏਗਾ, ਮੌਤ ਵੀ ਸਫਲ ਹੀ ਹੋ ਜਾਏਗੀ। ਜਨਮ ਮਰਨ ਦੋਹੂੰ 'ਤੇ ਛੁੱਟੈ ਭਵ ਜਲ ਜਗਤ ਤਰਾਇਣ, ਆਈ ਐਮ ਰਿਲੀਜ਼ਡ ਫਰੋਮ ਦਾ ਬਾਉਂਡੇਜ ਆਫ ਬਰਥ ਐਂਡ ਡੈਥ ਐਂਡ ਸੋ ਆਈ ਕਰੋਸ ਓਵਰ ਦਾ ਟੈਰੀਫਾਇੰਗ ਵਰਲਡ ਓਸ਼ੀਨ। ਇਸ ਸੰਸਾਰ ਸਾਗਰ ਤੋਂ ਤਰ ਜਾਵਾਂਗੇ। ਨਹੀਂ ਤੇ ਗੁਰੂ ਸਾਹਿਬ ਜੋ ਦੇਖ ਰਹੇ ਨੇ ਨਾ ਸੰਸਾਰ ਨੂੰ, ਸਤਿਗੁਰੂ ਕਹਿੰਦੇ ਨੇ ਹਮ ਦੇਖਾ ਤੈ ਡੂਬੀ ਅਲੇ, ਜ਼ਿੰਦਗੀਆਂ ਡੁੱਬਦੀਆਂ ਜਾਂਦੀਆਂ ਨੇ, ਨਹੀਂ ਤਰਦੀਆਂ, ਤਰਨ ਵਾਲੇ ਥੋੜ੍ਹੇ ਨੇ, ਤਰਨ ਵਾਲੇ ਥੋੜ੍ਹੇ ਨੇ। ਸਤਿਗੁਰੂ ਕਹਿੰਦੇ ਨੇ ਖੋਜਤ ਖੋਜਤ ਤੱਤ ਵਿਚਾਰਿਓ, ਗੁਰੂ ਦੇ ਪਿਆਰਿਆਂ ਨੇ, ਭਗਤਾਂ ਨੇ, ਸੰਤਾਂ ਮਹਾਂਪੁਰਸ਼ਾਂ ਨੇ ਇਹ ਖੋਜਦਿਆਂ ਖੋਜਦਿਆਂ ਇੱਕ ਸਿੱਟਾ ਕੱਢਿਆ, ਐਸੈਂਸ ਆਫ ਦਾ ਲਾਈਫ, ਐਸੈਂਸ ਆਫ ਦਾ ਵਰਲਡ, ਸੰਸਾਰ ਦੇ ਵਿੱਚ ਅਸਲੀ ਚੀਜ਼ ਕੀ ਹੈ। ਅਤੇ ਸਤਿਗੁਰੂ ਕਹਿੰਦੇ ਨੇ ਉਹਨਾਂ ਨੇ ਜੋ ਖੋਜਿਆ, ਸਰਚਿੰਗ ਐਂਡ ਸੀਕਿੰਗ, ਆਈ ਹੈਵ ਕਮ ਟੂ ਅੰਡਰਸਟੈਂਡ ਦਾ ਐਸੈਂਸ ਆਫ ਰਿਐਲਿਟੀ, ਸੱਚਾਈ ਇਹ ਵੇ, ਦ ਸਲੇਵ ਆਫ ਦਾ ਲਾਰਡ ਆਫ ਦਾ ਯੂਨੀਵਰਸ ਇਜ਼ ਡੈਡੀਕੇਟਡ ਟੂ ਹਿਮ, ਅਤੇ ਅਵਿਨਾਸ਼ੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ। ਇਫ ਯੂ ਡਿਜ਼ਾਇਰ ਅਟਰਨਲ ਬਲਿਸ, ਅਟਰਨਲ ਬਲਿਸ ਹੁੰਦੀ ਹੈ ਸੁੱਖ ਹੀ, ਸਦਾ ਹੀ ਸੁੱਖ ਹੈ, ਸਦਾ ਹੀ ਸੁੱਖ ਹੈ, ਹਰ ਕੋ ਨਾਮ ਸਦਾ ਸੁਖਦਾਈ, ਸਦਾ ਹੀ ਸੁੱਖ ਹੈ, ਅਟਰਨਲ ਬਲਿਸ। ਓ ਨਾਨਕ ਐਵਰ ਰਿਮੈਂਬਰ ਦਾ ਲਾਰਡ ਇਨ ਮੈਡੀਟੇਸ਼ਨ, ਨੇਤਰ ਬੰਦ ਕਰਕੇ ਗੁਰੂ ਨੂੰ ਯਾਦ ਕਰੋ, ਨੇਤਰ ਬੰਦ ਕਰਕੇ ਗੁਰੂ ਦਾ ਸ਼ੁਕਰ ਕਰੀਏ। ਸਤਿਗੁਰੂ ਸ਼ੁਕਰ ਹੈ ਤੂੰ ਸਾਨੂੰ ਤੰਦਰੁਸਤੀ ਬਖਸ਼ੀ ਹੈ, ਸ਼ੁਕਰ ਹੈ ਤੂੰ ਸਾਨੂੰ ਸੰਸਾਰ ਦੇ ਪਰਿਵਾਰ ਦੇ ਸੁੱਖ ਬਖਸ਼ੇ ਨੇ, ਤੇਰਾ ਰੋਮ ਰੋਮ ਸ਼ੁਕਰ ਹੈ। ਅਵਿਨਾਸੀ ਖੇਮ ਚਾਹੀਂ ਜੇ ਨਾਨਕ ਸਦਾ ਸਿਮਰ ਨਾਰਾਇਣ, ਅਤੇ ਉਸ ਮਾਲਕ ਨੂੰ, ਨਾਰਾਇਣ ਨੂੰ ਜੋ ਪਰਮਾਤਮਾ ਹੈ, ਜੋ ਸਾਡੇ ਜ਼ਿੰਦਗੀ ਦੇਣ ਵਾਲਾ ਹੈ, ਜੀਵਨ ਦੇਣ ਵਾਲਾ ਹੈ, ਉਹਨੂੰ ਯਾਦ ਰੱਖੀਏ ਅਤੇ ਜ਼ਿੰਦਗੀ ਤੰਦ ਹੋ ਜਾਂਦੀ ਹੈ। ਭੁੱਲਾਂ ਚੁੱਕਾਂ ਦੇਖੀ ਮਾਂ ਬਖਸ਼ਣੀ ਜੀਓ, ਸਤਿਗੁਰੂ ਮਿਹਰ ਕਰਨ ਸਾਰੀ ਸੰਗਤ ਹਰ ਮਨੁੱਖ ਮਾਤਰ ਨੂੰ ਆਪਣਾ ਪਿਆਰ ਬਖਸ਼ਣ। ਉਹਦੇ ਕੀਤੇ ਕਰਮਾਂ ਨੂੰ ਗੁਰੂ ਨਹੀਂ ਵਿਚਾਰਦਾ, ਪਰ ਸਾਡਾ ਫਰਜ਼ ਬਣਦਾ ਹੈ
ਅਸੀਂ ਸਮਾਂ ਕੱਢ ਕੇ ਗੁਰੂ ਦੇ ਪਿਆਰ ਵਿੱਚ ਜੁੜੀਏ, ਗੁਰੂ ਦੇ ਪਿਆਰ ਵਿੱਚ ਬੈਠੀਏ ਤੇ ਗੁਰੂ ਅੱਗੇ ਅਰਦਾਸ ਕਰਿਆ ਕਰੀਏ। ਸੇਹੀ ਪਿਆਰੇ ਮੇਲ ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।